ਦੋ ਦਿਨ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਨੇ, ਜਿਸ ਕਾਰਨ ਸ਼ਹਿਰੀ ਖੇਤਰ ਦਾ ਪ੍ਰਭਾਵਿਤ ਹੋਏ ਹੀ ਨੇ, ਨਾਲ ਹੀ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਝੋਨੇ ਦੀਆਂ ਫਸਲਾਂ ਵੀ ਪਾਣੀ ਦੀ ਮਾਰ ਹੇਠ ਆਈਆਂ ਨੇ। ਨਾਭਾ ਹਲਕੇ ਵਿੱਚ ਭੋੜੇ ਸਾਹਿਬ ਨਹਿਰ ਵਿੱਚ ਵਧੇ ਪਾਣੀ ਦੇ ਲੈਵਲ ਕਾਰਨ ਇਸ ਦਾ ਇੱਕ ਫਲੱਡ ਗੇਟ ਖੋਲ੍ਹ ਦਿੱਤਾ ਗਿਆ ਸੀ, ਜਿਸ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਫਸਲਾਂ ਪਾਣੀ ਦੀ ਪੇਂਟ ਚੜ ਗਈਆਂ। ਅੱਜ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਸਮੇਤ ਨਾਲ ਮਹਿਕਮਾ ਅਤੇ ਹੋਰ ਵਿਭਾਗ ਅਧਿਕਾਰੀਆਂ ਨਾਲ ਹਲਕੇ ਦੇ ਪਿੰਡ ਚੈਲ, ਮਾਂਗੇਵਾਲ, ਭੋੜੇ, ਭੋਜੋ ਮਾਜਰੀ ਅਤੇ ਵੇੜਵਾਲ ਸਮੇਤ ਦਰਜਨਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਸਰਕਾਰ ਵੱਲੋਂ ਛੇਤੀ ਮੁਆਵਜ਼ਾ ਜਾਰੀ ਕਰਨ ਦਾ ਭਰੋਸਾ ਦਿੱਤਾ। ਮੀਂਹ ਦਾ ਪਾਣੀ ਸੀ, ਕੱਲ੍ਹ ਕੁਛ ਹੋਰ ਸੀ, ਅੱਜ ਹੋਰ ਤੇਜ਼ੀ ਨਾਲ ਘੱਟ ਗਿਆ ਪਾਣੀ, ਔਰ DC ਸਾਹਿਬ, SDM ਸਾਹਿਬ ਵੀ ਕੱਲ੍ਹ ਆਏ ਨੇ, ਔਰ ਮੈਂ ਵੀ ਅੱਜ ਵਿਸ਼ੇਸ਼ ਤੌਰ 'ਤੇ ਆਪਣੇ ਹਲਕੇ ਔਰ ਜ਼ਿਲ੍ਹੇ 'ਚ ਵੀ ਜਾ ਰਿਹਾ, ਸਾਰਾ ਇੱਕ ਇੱਕ ਮੁਆਇਨਾ ਕਰ ਰਿਹਾ, ਜਿੱਥੇ ਕੋਈ ਘਾਟ ਆ ਉਹ ਪੂਰੀ ਕਰਾਂਗੇ। ਕਿੰਨੇ ਕੁ ਪਿੰਡਾਂ ਦੇ ਵਿੱਚ ਜਿਹੜਾ ਹੁਣ ਦੌਰਾ ਕਰਕੇ ਕਿੰਨਾ ਕੁ ਨੁਕਸਾਨ ਆ ਜਿਹੜਾ? ਦੇਖੋ, ਫਿਲਹਾਲ ਜਾਨੀ ਔਰ ਮਾਲੀ ਨੁਕਸਾਨ ਤੋਂ ਬਚਾਅ ਆ ਰਿਹਾ, ਔਰ ਮੈਂ SDM ਸਾਹਿਬ ਨੂੰ ਕਿਹਾ ਵੀ ਜਿੱਥੇ ਵੀ ਕੋਈ ਨੁਕਸਾਨ ਆ ਉਹਦੀਆਂ ਗਰਦੌਰੀਆਂ ਕਰਕੇ ਨਾਲ ਦੀ ਨਾਲ ਸਰਕਾਰ ਨੂੰ ਭੇਜਿਆ ਜਾਣ। ਕਾਫੀ ਚਿਰ ਤੋਂ ਆ ਰਹੀ ਹੈ ਜੀ ਸਮੱਸਿਆ, ਜੀ ਕਿਉਂਕਿ ਸੜਕਾਂ ਉੱਚੀਆਂ ਹੋ ਗਈਆਂ, ਪਹਿਲਾਂ ਨੀਵੀਆਂ ਤੀਆਂ ਜੀ, ਹੁਣ ਇਹ ਸੜਕਾਂ ਉੱਚੀਆਂ ਆਉਣ ਕਰਕੇ ਪੁਲ ਵੀ ਹੋਇਆ ਨੀਵਾਂ ਹੋ ਗਿਆ ਜੀ। ਹਾਂਜੀ ਪਹੁੰਚੇ ਨੇ, ਹਾਂਜੀ ਜ਼ਰੂਰ ਆਉਂਦੇ ਨੇ ਜੀ, ਪਹਿਲਾਂ ਵੀ ਆਏ ਨੇ ਹੁਣ ਵੀ ਆਉਂਦੇ ਨੇ। ਕੀ ਵਿਸ਼ਵਾਸ ਦਵਾਇਆ ਸਾਨੂੰ? ਬਹੁਤ ਵੱਡੀ ਪਾਰਟੀ ਜੀ ਨੇ, ਸਾਨੂੰ ਪੂਰਾ ਪੂਰਾ ਵਿਸ਼ਵਾਸ ਹੈ ਇਹਨਾਂ 'ਤੇ ਵੀ ਸਾਡਾ ਕੰਮ, ਹਾਂਜੀ ਸਾਡਾ ਕੰਮ ਹੋਊਗਾ। ਸਾਨੂੰ ਪੂਰਾ ਮੰਤਰੀ ਸਾਹਿਬ ਨੇ ਸਾਰਾ ਫਿਰ ਕੇ ਦੌਰਾ ਕੀਤਾ, ਜਿੱਥੇ ਵੀ ਕਿਤੇ ਪਾਣੀ ਦੀ ਅੜਿੱਕਾ ਲੱਗਿਆ ਹੋਇਆ, ਫਸਲ ਮਰ ਰਹੀ ਹੈ, ਉਹਨੂੰ ਵਢਵਾਉਣ ਦੇ ਹੁਕਮ ਕੇ ਦਿੱਤੇ ਨੇ ਨਾਲ SDM ਸਾਹਿਬ ਨੇ। ਬਾਕੀ ਜਿੱਥੇ ਵੀ ਫਸਲ ਦਾ ਨੁਕਸਾਨ ਹੈ ਉਹਨਾਂ ਨੇ ਕਿਹਾ ਵੀ ਫੌਰੀ ਤੌਰ 'ਤੇ ਇਹਨਾਂ ਦੀ ਗਦੌਰੀ ਕਰਕੇ ਸਰਕਾਰ ਨੂੰ ਭੇਜੀ ਜਾਵੇ, ਮੁਆਵਜ਼ਾ ਮਿਲੂਗਾ। ਸਾਨੂੰ ਪੂਰਨ ਵਿਸ਼ਵਾਸ ਹੈ ਇਸ ਗੱਲ 'ਤੇ ਵੀ ਮੰਤਰੀ ਸਾਹਿਬ ਸਾਡਾ ਜਿਹੜਾ ਕੰਮ ਹੈ ਪਹਿਲ ਦੇ ਆਧਾਰ 'ਤੇ ਕਰਾਉਣਗੇ। ਮੰਤਰੀ ਸਾਹਿਬ ਨੇ ਅੱਜ ਜਿੱਥੇ ਜਿੱਥੇ ਵੀ ਪਾਣੀ ਦੀ ਪ੍ਰੋਬਲਮ ਦੀ, ਇਕੱਲੇ ਇਕੱਲੇ ਪਿੰਡ ਜਾ ਕੇ ਨੇ ਮੌਕੇ 'ਤੇ ਉਹ ਮੌਕੇ 'ਤੇ ਹੱਲ ਕੀਤਾ ਗਿਆ ਵੀ ਜਿੱਥੇ ਪਾਣੀ ਦੀ ਪ੍ਰੋਬਲਮ ਤੀ ਮੌਕੇ 'ਤੇ ਬਣਾ ਤੀ, ਜਿੱਥੇ ਕੋਈ ਵੀ ਜ਼ਰੂਰਤ ਤੀ ਉਹਦੇ ਮੁਤਾਬਕ ਮੌਕੇ 'ਤੇ ਦੁਬਾਰਾ ਕਰਤਾ। ਮੰਤਰੀ ਸਾਹਿਬ ਅੱਜ ਸਵੇਰ ਤੋਂ ਹੀ ਮੇਰਾ ਖਿਆਲ ਘੱਟੋ ਘੱਟ ਅਸੀਂ 15-20 ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਜਿੱਥੇ ਜੋ ਵੀ ਰੁਕਾਵਟ ਆਈ ਹੈ ਨਾਲ ਦੀ ਨਾਲ ਉਹਨਾਂ ਨੇ ਆਰਡਰ ਕਰਕੇ ਉਹ ਰੁਕਾਵਟਾਂ ਦੂਰ ਕਰਵਾਉਣ ਦਾ ਯਤਨ ਕੀਤਾ, ਔਰ ਜਿਹੜੇ ਰਹਿੰਦੀਆਂ ਰੁਕਾਵਟਾਂ ਨੇ ਉਹ ਵੀ ਅਸੀਂ ਕੁਛ ਦਿਨਾਂ ਦੇ ਵਿੱਚ ਹੀ ਮੰਤਰੀ ਜੀ ਨੇ ਵਿਸ਼ਵਾਸ ਦਵਾ ਵੀ ਮੁਕੰਮਲ ਕਰ ਦਿਆਂਗੇ। ਆਵਾਜ਼ੀ ਕੌਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।